ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਹ ਸਭ ਤੋਂ ਪਹਿਲਾਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸਵਾਰਿਓ, ਬਟਾਲਾ ਸ਼ਹਿਰ ਦੀ ਪਾਵਨ ਧਰਤੀ, ਜਿੱਥੇ ਸੰਨ 1487 ਈਸਵੀ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਤੋਂ ਵਿਆਹੁਣ ਲਈ ਪਹੁੰਚੇ ਸਨ, ਜਿੱਥੇ ਮੂਲ ਚੰਦ ਖੱਤਰੀ ਜੀ ਦੀ ਬੇਟੀ ਮਾਤਾ ਸੁਲੱਖਣੀ ਜੀ ਨਾਲ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵਿਆਹ ਹੋਇਆ, ਜਦੋਂ ਬਟਾਲਾ ਵਿਖੇ ਬਰਾਤ ਪਹੁੰਚਦੀ ਹੈ ਤਾਂ ਇੱਕ ਖੁੱਲ੍ਹੀ ਹਵੇਲੀ ਵਿੱਚ ਗੁਰੂ ਪਾਤਸ਼ਾਹ ਨੂੰ ਹੋਰ ਬਰਾਤੀਆਂ ਦੇ ਨਾਲ ਬਿਠਾ ਦਿੱਤਾ ਜਾਂਦਾ। ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋ ਮੰਜਾ ਹੈ ਉਹ ਇੱਕ ਕੱਚੀ ਕੰਧ ਦੇ ਥੱਲੇ ਲਗਾ ਦਿੱਤਾ ਜਾਂਦਾ, ਔਰ ਜਿਵੇਂ ਵਿਆਹ ਸ਼ਾਦੀ 'ਤੇ ਮਜ਼ਾਕ ਕਰਦੀਆਂ ਨੇ ਲੜਕੀਆਂ, ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਵੀ ਜੋ ਲੜਕੀਆਂ ਮਜ਼ਾਕ ਕਰਦੀਆਂ ਨੇ ਔਰ ਕਹਿੰਦੀਆਂ ਨੇ ਕਿ ਕਿਉਂ ਨਾ ਜਿਹੜੀ ਕੱਚੀ ਕੰਧ ਹੈ ਉਸਨੂੰ ਧੱਕਾ ਦੇ ਦਿੱਤਾ ਜਾਵੇ, ਤਾਂ ਭੰਡਾਰੀ ਜਾਤ ਦੀ ਇੱਕ ਬਜ਼ੁਰਗ ਮਾਤਾ ਜੀ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਸ ਆਉਂਦੇ ਹਨ ਔਰ ਕਹਿੰਦੇ ਹਨ ਕਿ ਬੇਟਾ, ਇਹ ਤੁਸੀਂ ਕੱਚੀ ਕੰਧ ਥੱਲੇ ਬੈਠੇ ਹੋ ਔਰ ਲੜਕੀਆਂ ਮਜ਼ਾਕ ਕਰ ਰਹੀਆਂ ਨੇ, ਕਿਤੇ ਮਜ਼ਾਕ ਵਿੱਚ ਹੀ ਇਹ ਕੱਚੀ ਕੰਧ ਡਿੱਗ ਨਾ ਜਾਵੇ, ਤਾਂ ਕਿਉਂ ਨਾ ਤੁਹਾਡਾ ਬਿਸਤਰਾ ਜੋ ਹੈ ਉਹ ਕਿਤੇ ਹੋਰ ਲਗਾ ਦਿੱਤਾ ਜਾਵੇ, ਅਸੀਂ ਤੁਹਾਡਾ ਮੰਜਾ ਚੁੱਕ ਕੇ ਕਿਤੇ ਹੋਰ ਲਗਾ ਦਿੰਦੇ ਹਾਂ। ਤਾਂ ਗੁਰੂ ਪਾਤਸ਼ਾਹ ਦਾ ਜਿਵੇਂ ਸੁਭਾਅ, ਪਾਤਸ਼ਾਹ ਜੀ ਨੇ ਬੜੇ ਸਹਿਜ ਸੁਭਾਅ ਵਿੱਚ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ, ਇਹ ਕੱਚੀ ਕੰਧ ਹੁਣ ਕਦੇ ਡਿੱਗ ਨਹੀਂ ਸਕੇਗੀ ਔਰ ਜੁਗਾ ਜੁਗੰਤਰਾਂ ਤੱਕ ਜਿਹੜੀ ਹੈ ਇਹ ਮੇਰੇ ਵਿਆਹ ਦੀ ਯਾਦਗਾਰ ਬਣ ਕੇ ਰਹੇਗੀ। ਸੋ ਉਸ ਦ੍ਰਿਸ਼ ਨੂੰ ਕਵਿਤਾ ਰੂਪ ਦੇਣ ਦਾ ਯਤਨ ਕੀਤਾ, ਆਓ ਉਸ ਕਵਿਤਾ ਦੇ ਬੰਦ ਆਪ ਜੀ ਨਾਲ ਸਾਂਝੇ ਕਰਨ ਜਾ ਰਿਹਾ ਜੀ। ਕਿ ਬਟਾਲਾ ਸ਼ਹਿਰ ਦੇ ਮੂਲ ਚੰਦ ਖੱਤਰੀ ਦੀ ਧੀ ਸੁਲੱਖਣੀ ਨਾਲ ਹੋਇਆ ਵਿਆਹ ਹੈ ਸੀ। ਬਟਾਲਾ ਸ਼ਹਿਰ ਦੇ ਮੂਲ ਚੰਦ ਖੱਤਰੀ ਦੀ ਧੀ ਸੁਲੱਖਣੀ ਨਾਲ ਹੋਇਆ ਵਿਆਹ ਹੈ ਸੀ। ਸੁਲਤਾਨਪੁਰ ਤੋਂ ਚੱਲ ਬਰਾਤ ਆਈ, ਖੁੱਲ੍ਹੀ ਹਵੇਲੀ ਵਿੱਚ ਦਿੱਤਾ ਠਹਿਰਾ ਹੈ ਸੀ, ਤੇ ਕੱਚੀ ਕੰਧ ਦੇ ਨਾਲ ਇੱਕ ਪਲੰਘ ਡਾਹ ਕੇ ਨਾਨਕ ਲਾੜੇ ਨੂੰ ਦਿੱਤਾ ਬਿਠਾ ਹੈ ਸੀ, ਤੇ ਸੇਵਾ ਹੋਈ ਸੀ ਸਾਰੇ ਬਰਾਤੀਆਂ ਦੀ, ਤੇ ਹਰ ਇੱਕ ਨੂੰ ਹੀ ਚੜਿਆ ਚਾਹ ਸੀ। ਸੇਵਾ ਹੋਈ ਸੀ ਸਾਰੇ ਬਰਾਤੀਆਂ ਦੀ, ਤੇ ਹਰ ਇੱਕ ਨੂੰ ਹੀ ਚੜਿਆ ਚਾਹ ਸੀ, ਤੇ ਲਾੜੇ ਕੋਲ ਆ ਕੇ ਮਾਤਾ ਇੱਕ ਕਹਿਣ ਲੱਗੀ, ਕੱਚੀ ਕੰਧ ਹੈ ਢਹਿਣੋ ਨਹੀਂ ਰਹਿ ਸਕਦੀ, ਡਿੱਗਣ ਵਾਲੀ ਹੈ ਹੁਣੇ ਨਾ ਡਿੱਗ ਜਾਵੇ, ਇਹ ਗੱਲ ਵੀ ਕਹਿਣੋ ਨਹੀਂ ਰਹਿ ਸਕਦੀ। ਤੇ ਸਤਿਗੁਰੂ ਹੱਸੇ ਤੇ ਹੱਸ ਕੇ ਕਹਿਣ ਲੱਗੇ, ਸਾਨੂੰ ਕੰਧ ਇਹ ਕੁਝ ਨਹੀਂ ਕਹਿ ਸਕਦੀ, ਮੇਰੇ ਵਿਆਹ ਦੀ ਰਹੂ ਗਵਾਹ ਬਣ ਕੇ ਕੱਚੀ ਕੰਧ ਇਹ ਕਦੇ ਨਹੀਂ ਢਹਿ ਸਕਦੀ। ਸਾਡੇ ਵਿਆਹ ਦੀ ਰਹੂ ਗਵਾਹ ਬਣ ਕੇ ਕੱਚੀ ਕੰਧ ਇਹ ਕਦੇ ਨਹੀਂ ਢਹਿ ਸਕਦੀ, ਤੇ ਭਾਗਾਂ ਭਰੀਏ ਬਟਾਲੇ ਦੀ ਇਹ ਧਰਤੀ ਏ ਨੀ, ਭਾਗ ਜਾਗੇ ਨੇ ਤੇਰੇ ਸੰਸਾਰ ਤਾਂ ਹੀ, ਭਾਗਾਂ ਭਰੀਏ
ਬਟਾਲੇ ਦੀ ਇਹ ਧਰਤੀ ਏ ਨੀ, ਭਾਗ ਜਾਗੇ ਨੇ ਤੇਰੇ ਸੰਸਾਰ ਤਾਈ, ਕੱਚੀ ਕੰਧ ਬਣ ਗਈ ਇਤਿਹਾਸ ਪੱਕਾ, ਥੱਲੇ ਬੈਠਦਿਆਂ ਹੀ ਨਾਨਕ ਨਿਰੰਕਾਰ ਤਾਈ, ਤੇ ਜੁਗਾਂ ਜੁਗਾਂ ਤੱਕ ਦੀਪ ਇਹਜਾਦ ਰਹਿਣੀ, ਕੀਤੇ ਗੁਰੂ ਨਾਨਕ ਦੇ ਇਸ ਉਪਕਾਰ ਤਾਈ, ਤੇ ਗੁਰੂ ਨਾਨਕ ਵਿਆਹ ਪੁਰਬ ਮਨਾਉਣ ਵੇਲੇ ਆਓ ਸੀਸ ਨਿਵਾਈਏ ਉਸ ਕਰਤਾਰ ਤਾਈ, ਗੁਰੂ ਨਾਨਕ ਵਿਆਹ ਪੁਰਬ ਮਨਾਉਣ ਵੇਲੇ ਆਓ ਸੀਸ ਨਿਵਾਈਏ ਉਸ ਕਰਤਾਰ ਤਾਈ, ਆਓ ਸੀਸ ਨਿਵਾਈਏ ਉਸ ਕਰਤਾਰ ਤਾਈ।